वेखो बन असी भन्निया सी ते सज्जन सिंह चीमे ने चैलेंज ते वाच कीता पर साडा मन पहले ही बनिया सी कि भी असी बन भन्निया ते लोड़ सी उदो बन भन्नण दी क्योंकि जिन्ना पानी अज वीहां पिंडां दे लोकां नूं क्लैरिटी आ गई आ कि बन भन्नण दी लोड़ सी ते सारे दा सारा इलाका खाली हो चुकिया सड़कां चलण लग पईआं हुण जिन्ना कि पानी रह गया उह पुलियां दे थल्लों निकलना ते ब्यास दरिया सरकार हरीके तों पानी नहीं छड रही पिछों 80,000 85,000 जे ब्यास नूं ते सतलुज नूं मिला लईए अज 90,000 तों 1,00,000 क्यूसिक पानी आ रहा ते अगे सिर्फ छड्डिया जा रहा 50,000। मैं तां सरकार नूं बेनती कल भी कीती परसों भी कीती कि लोकां नूं ना डोबो हरीके दे दर खोल दिओ ताकि साडा इलाका बच जूगा। इस करके साडा 95% पानी निकल चुकिया ते इस करके हुण असीं अपना बन्न जिहड़ा खोलिया सी ਉਹ ਬੰਨਣ ਲੱਗੇ। ਇੰਨਾ ਕੁ ਕੰਮ ਰਹਿ ਗਿਆ ਬਾਕੀ ਬੰਨ ਬੰਨ ਇਹ ਤਾਂ ਹੁਣ ਤੁਸੀਂ ਕੈਮਰਾ ਘਮਾਓ ਫਿਰ ਪਤਾ ਲੱਗੂ ਤੁਹਾਨੂੰ ਪਤਾ ਆਪਣੇ ਆਈ ਮੈਂ ਸਮਝਦਾ ਸ਼ਾਮ ਤੱਕ ਰਾਤ ਤੱਕ 7 ਵਜੇ 8 ਵਜੇ 10 ਵਜੇ ਪੂਰਾ ਕਰਕੇ ਜਾਵਾਂਗੇ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਵੀ ਅੱਗੇ ਪਾਣੀ ਜਿਹੜਾ ਹਰੀਕੇ ਵਾਲਾ ਰੀਜ ਕੀਤਾ ਜਾਵੇ ਜਲਦੀ। ਮੈਂ ਤਾਂ ਪ੍ਰਸ਼ਾਸਨ ਕੋਲੋਂ ਕੱਲ ਵੀ ਮੰਗ ਕੀਤੀ ਸੀ ਪਰ ਮੈਂ ਹੁਣ ਪ੍ਰਸ਼ਾਸਨ ਕੋਲੋਂ ਇਹ ਮੰਗ ਕਰੂੰਗਾ ਕਿ ਦੁਬਾਰਾ ਪੁਲਿਸ ਨਾ ਭੇਜੀ ਜਾਵੇ ਸਾਨੂੰ ਕੰਮ ਕਰ ਲੈਣ ਦਿਓ। ਸਾਰੀ ਸੰਗਤ ਇਕੱਠੀ ਹੋ ਕੇ ਲੱਗੀ ਹੋਈ ਆ ਇਹ ਬੰਨਣ ਨੂੰ ਇਲਾਕੇ ਦਾ ਮਸਲਾ ਇਲਾਕੇ ਦੀ ਲੋੜ ਆ ਉਦਣ ਬੰਨ ਵੱਢਣ ਨੂੰ ਲੋੜ ਸੀ ਇਲਾਕੇ ਦੀ ਸਾਂਝਾ ਡਿਸੀਜਨ ਸੀ ਅਤੇ ਅੱਜ ਹਰੇਕ ਬੰਦੇ ਨੇ ਸਾਂਝਾ ਡਿਸੀਜਨ ਕੀਤਾ ਵੀ ਹੁਣ ਜਿੰਨਾ ਪਾਣੀ ਨਿਕਲਣਾ ਸੀ ਨਿਕਲ ਗਿਆ ਹੁਣ ਆਪਾਂ ਬੰਨ ਦਈਏ ਤਾਂ ਸਾਰਾ ਇਲਾਕਾ ਇਕੱਠਾ ਹੋ ਕੇ ਲੱਗਿਆ। ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਸਾਨੂੰ ਆਪਣਾ ਕੰਮ ਕਰ ਲੈਣ ਦਿਓ ਅਤੇ ਮੈਂ ਇੱਕ ਬੇਨਤੀ ਹੋਰ ਦੱਸਣੀ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਬੰਨ ਰਾਣੇ ਨੇ ਵੱਢਿਆ ਸੀ ਅਤੇ ਬੰਨਣ ਦੀ ਜ਼ਿੰਮੇਵਾਰੀ ਵੀ ਮੈਂ ਹੀ ਲਈ। ਜਿੰਨਾ ਇਸ ਬੰਨ 'ਤੇ ਖਰਚਾ ਹੋਊਗਾ ਪੁਰਾਣਾ ਅਤੇ ਸੰਗਤ ਸਾਰੀ ਇਕੱਠੇ ਹੋ ਕੇ ਕਰੂਗੀ। ਸਰਕਾਰ ਦੇ ਖਜ਼ਾਨੇ 'ਤੇ 1 ਰੁਪਈਏ ਦਾ ਬੋਝ ਨਹੀਂ ਪਾਵਾਂਗੇ ਚਾਹੇ ਕਿਸੇ ਠੇਕੇਦਾਰ ਨੂੰ ਸਰਕਾਰ ਨੂੰ ਰੁਪਈਆ ਦੇਣ ਦੀ ਲੋੜ ਨਹੀਂ ਅਸੀਂ ਆਪ ਬੰਨ ਬੰਨ ਕੇ ਦਿਆਂਗੇ। ਪਿੰਡਾ ਬਹੁਤ ਲੰਬਾ ਮਿੱਟੀ ਲਿਆਉਣ ਵਿੱਚ ਇੱਥੇ ਕੋਈ ਮੁਸ਼ਕਲਾਂ ਪੇਸ਼ ਆ ਰਹੀਆਂ? ਮੁਸ਼ਕਲਾਂ ਬਹੁਤ ਨੇ ਪਰ ਬਾਬੇ ਨਾਨਕ ਦੀ ਕਿਰਪਾ ਹੋਈ ਜਾਂਦੀ ਆ ਸਾਰੀਆਂ ਮੁਸ਼ਕਲਾਂ ਦੂਰ ਹੋਈ ਜਾਂਦੀਆਂ ਸਾਰੀਆਂ। ਰਾਣਾ ਜੀ 92 ਰਾਤ ਨੂੰ ਤੋੜਿਆ ਤੇ ਰਾਤ ਵੀ ਤੁਸੀਂ ਸ਼ੁਰੂ ਕਰਤਾ ਬਣਾਉਣ ਵਾਸਤੇ ਕੀ ਕਰਨਾ? ਵੇਖੋ ਗੱਲ ਇਹ ਆ ਬਣਾਉਣਾ ਤਾਂ ਅਸੀਂ ਅੱਜ ਸਵੇਰੇ ਚਾਲੂ ਕਰਨਾ ਸੀ ਪਰ ਜਦੋਂ ਦਰਿਆ ਬਿਆਸ ਦਰਿਆ 'ਚ ਪਾਣੀ ਛੱਡਿਆ ਨਾ ਹਰ ਬੰਦੇ ਨੂੰ ਪਤਾ ਸੀ ਅਤੇ ਮੈਨੂੰ ਇਹ ਵੀ ਕੈਲਕੂਲੇਸ਼ਨ ਸੀ ਕਿ ਅੱਜ ਸ਼ਾਮ ਤੱਕ ਉਹ ਪਾਣੀ ਬਿਆਸ ਦਰਿਆ ਦਾ ਇੱਥੇ ਪਹੁੰਚ ਜਾਣਾ ਅਤੇ ਇਸ ਕਰਕੇ ਸਾਨੂੰ ਇਹ ਚਿੰਤਾ ਸੀ ਵੀ ਕਿਤੇ ਪਾਣੀ ਵਾਪਸ ਨਾ ਅੰਦਰ ਆ ਜਾਏ। ਸਿੰਸਾਣਾ ਕੰਮ ਕੰਪਲੀਟ ਹੋ ਗਿਆ ਸੀ ਅਤੇ ਆਪਾਂ ਫੜ ਕੇ ਬੰਨ ਬੰਨ ਦਈਏ ਇਸ ਕਰਕੇ ਅਸੀਂ ਰਾਤ ਨੂੰ ਕੰਮ ਚਾਲੂ ਕੀਤਾ। ਇਹ ਕਾਰਨ ਤਾਂ ਨਹੀਂ ਰਾਤ ਕੱਲ੍ਹ ਫੇਸਬੁੱਕ 'ਤੇ ਸਿੱਧੂ ਸਿੰਘ ਚੀਮਾ ਨੇ ਐਲਾਨ ਕੀਤਾ ਜੀ ਸਵੇਰੇ ਅਸੀਂ ਬੰਨ ਬੰਨਾਂਗੇ, ਤੁਸੀਂ ਰਾਤ ਨੂੰ ਸ਼ੁਰੂ ਕਰ ਦਿੱਤਾ? ਵੀਰ ਮੈਂ ਤਾਂ ਨਾ ਜਿੱਦਣ ਦਾ ਫਲੱਡ ਆਇਆ ਫੇਸਬੁੱਕ ਦੇਖੀ ਨਹੀਂ, ਉਹ ਸ਼ੇਰ ਰਹਿੰਦਾ ਹੀ ਫੇਸਬੁੱਕ 'ਤੇ, ਉਹਨੇ ਤਾਂ ਪੁਲੀਆਂ ਦੀ ਜ਼ਿੰਮੇਵਾਰੀ ਚੱਕੀ ਆ, ਉਹ ਪੁਲੀਆਂ ਜਿਹੜੀਆਂ ਭਰਵਾਣੀ ਵਾਲੇ ਉਹਨਾਂ ਦੇ 'ਚ ਜਿਹੜੀ ਬੂਟੀ ਬਾਟੀ ਆ ਸਾਫ਼ ਕਰਾਵੇ, ਉਹ ਜ਼ਿੰਮੇਵਾਰੀ ਉਹਨੂੰ ਦਿੱਤੀ। ਵੇਖੋ ਗੱਲ ਇਹ ਆ ਜਿੱਥੇ ਪੁਲੀ ਬਣਨੀ ਚਾਹੀਦੀ ਆ ਜਿੱਥੇ ਗੇਟ ਲੱਗਣੇ ਚਾਹੀਦੇ ਆ ਉਹ ਡਿਪਾਰਟਮੈਂਟ ਦਾ ਕੰਮ ਹੈ, ਉਹ ਪ੍ਰੋਪਰ ਸਟੱਡੀ ਕਰਕੇ ਹੋਊਗਾ ਵੀ ਕਿੱਥੇ ਸਭ ਤੋਂ ਵੱਧ ਨਿਵਾਣ ਆ। ਠੀਕ ਹੈ ਨਾ, ਅਸੀਂ ਇੱਥੇ ਬੰਨ ਕਿਉਂ ਵੱਢਿਆ? ਕਿਉਂਕਿ ਮਹਾਂਪੁਰਸ਼ਾਂ ਦੀ ਜ਼ਮੀਨ ਸੀ, ਜਿੱਧਰੋਂ ਪਾਣੀ ਨਿਕਲਣਾ ਸੀ ਉਹਦੀ ਜ਼ਮੀਨ ਖਰਾਬ ਹੋਣੀ ਸੀ, ਮਹਾਂਪੁਰਸ਼ਾਂ ਨੇ ਕਿਹਾ ਤੁਸੀਂ ਜਿੱਥੇ ਮੇਰੀ ਮਰਜ਼ੀ ਜ਼ਮੀਨ 'ਚੋਂ ਬੰਨ ਵੱਢ ਲਓ। ਸੋ ਇਹ ਡਿਪਾਰਟਮੈਂਟ ਦਾ ਕੰਮ ਹੈ ਪ੍ਰੋਪਰ ਐਨਾਲਾਈਜ਼ ਕਰਕੇ। ਮੈਂ ਇਹ ਕਹਿਣਾ ਚਾਹੁੰਦਾ ਕਿ ਸਰਕਾਰ ਅਤੇ ਡਿਪਾਰਟਮੈਂਟ ਇਸ ਚੀਜ਼ ਦੀ ਕੈਲਕੂਲੇਸ਼ਨ ਕਰਨ ਕਿ ਜੇ 15 ਮਿੰਟਾਂ 'ਚ 15 mm ਬਾਰਿਸ਼ ਪੈ ਜਾਂਦੀ ਆ ਜਾਂ ਜਿੰਨੀ ਬਾਰਿਸ਼ ਐਤਕੀ ਪੰਜਾਬ 'ਚ ਪਈ ਆ ਅਤੇ ਕਿੰਨਾ ਪਾਣੀ ਬਣਨਾ ਅਤੇ ਉਸ ਪਾਣੀ ਦੀ ਨਿਕਾਸੀ ਕਿੰਨੀ ਦੇਰ 'ਚ ਹੋਣੀ ਚਾਹੀਦੀ ਹੈ ਤਾਂ ਕਿ ਉਸ ਤਰੀਕੇ ਨਾਲ ਦਰ ਡਿਜ਼ਾਈਨ ਹੋਣੇ ਚਾਹੀਦੇ, ਚਾਹੇ ਪਿਛਲੇ ਵੱਡੇ ਹੋਣ ਚਾਹੇ ਨਵੇਂ ਬਣਨ। ਸਾਡੇ ਤਾਂ ਸਰਕਾਰ ਦੇ ਕੰਮ 'ਚ ਤਾਂ ਕੋਈ ਫਰਕ ਨਹੀਂ ਸੀ, ਉਹਨਾਂ ਦੇ ਜਿਹੜੇ ਗੇਟ ਹੈ ਇੱਥੋਂ ਦਾ ਕਿਲੋਮੀਟਰ ਪਰੇ ਆ ਉਹ ਵੀ ਪਾਣੀ ਏ ਸੀ ਦਰਿਆ 'ਚ ਜਾਂਦਾ ਅਤੇ ਸਾਹੀ ਜਿਹੜਾ ਬੰਨ ਵੱਡਿਆ ਉਹ ਵੀ ਪਾਣੀ ਏ ਸੀ ਦਰਿਆ 'ਚ ਜਾਂਦਾ। ਇਲਾਕੇ ਦੀਆਂ ਸੰਗਤਾਂ ਨੂੰ ਸਹਿਯੋਗ ਕਰਨ ਦੀ ਅਪੀਲ ਕਰਨਾ ਚਾਹੁੰਦਾ? ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ
जेडे लोग अज तो पहला पंजाब की नौजवानी कहते भी पंजाब के नौजवान नशे च है। मैं एक गल दसनी चाहना कि 2-4-5% हो सकते हैं, साड़ी जिम्मेवारी आ उन्होंने भी अपने अर्गा करन दी। ते नाल मैं दसना चाहना कि जो सेवा सुल्तानपुर इलाके च पंजाब की जवानी ने की थी आ, पंजाब के यूथ ने की थी आ, चाहे वह लंगर की होवे, पीने वाले पानी की होवे। अज मैनू ट्राली मिली, मुंडा संगरूर तो आया सी, बरनालियों आया सी पट्ठे लैके, कित्थे बरनाला ते कित्थे सुल्तानपुर। सो ट्रालियां पर पर लोगों ने साडे इलाके दे डंगर भी उन्हां दी भी खुराक पूरी करती, बंदियां दी भी खुराक पूरी करती, किसी चीज़ की कोई कमी नहीं। एक एक पिंड च पंज पंज ट्रालियां तुरियां फिरदियां जिवें मेला लगा होवे। सो मैं उन्हां सारे पंजाब दे यूथ दा नौजवानों दा बहुत बहुत धन्यवाद करता। थैंक यू।